ਚਾਰ ਚੋਰਨੀਆਂ ਨੇ ਸਾੜੀਆਂ ਤੇ ਮਾਰਿਆ ਡਾਕਾ। ਇੱਕ ਵਾਰ ਨਹੀਂ ਦੋ ਵਾਰ ਦੁਕਾਨ ਚੋਂ ਚੋਰੀ ਕੀਤੀਆਂ ਸਾੜੀਆਂ। ਕੈਮਰੇ 'ਚ ਕੈਦ ਹੋਈ ਚੋਰਨੀਆਂ ਦੀ ਸਾਰੀ ਕਰਤੂਤ। ਦੱਸ ਦਈਏ ਕਿ ਚਾਰ ਚੋਰਨੀਆਂ ਵੱਲੋਂ ਇੱਕ ਸਾੜੀ ਦੀ ਦੁਕਾਨ 'ਤੇ ਹੱਥ ਸਾਫ਼ ਕੀਤਾ ਜਾਂਦਾ ਹੈ, ਜਿੱਥੇ ਇਹਨਾਂ ਵੱਲੋਂ ਇੱਕ ਵਾਰ ਨਹੀਂ ਸਗੋਂ ਦੋ ਵਾਰ ਸਾੜੀ ਵਾਲੀ ਦੁਕਾਨ 'ਤੇ ਜਾ ਕੇ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਜਾਂਦਾ ਹੈ, ਜੋ ਕਿ ਸੀ ਸੀ ਟੀ ਵੀ ਕੈਮਰੇ ਦੇ ਵਿੱਚ ਵੀ ਕੈਦ ਹੋ ਜਾਂਦਾ ਹੈ। ਅਤੇ ਜਦ ਦੁਕਾਨਦਾਰ ਨੂੰ ਇਹਨਾਂ 'ਤੇ ਸ਼ੱਕ ਹੁੰਦਾ ਤਾਂ ਉਹ ਸੀ ਸੀ ਟੀ ਵੀ ਵੀਡੀਓ ਦੇ ਵਿੱਚ ਦੇਖਦਾ, ਜਿਸ ਤੋਂ ਬਾਅਦ ਉਹ ਇਹਨਾਂ ਮਹਿਲਾਵਾਂ ਦਾ ਪਿੱਛਾ ਕਰਦਾ ਅਤੇ ਇਹਨਾਂ ਨੂੰ ਇਸ ਦੇ ਬਾਰੇ ਪੁੱਛਦਾ ਹੈ ਤਾਂ ਇਸ ਗੱਲ ਤੋਂ ਇਨਕਾਰ ਕਰ ਦਿੰਦੀਆਂ ਨੇ, ਜਿਸ ਤੋਂ ਬਾਅਦ ਇਹਨਾਂ ਮਹਿਲਾਵਾਂ ਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ ਜਾਂਦਾ ਹੈ। ਦੱਸ ਦੇ ਕਿ ਮਾਮਲਾ ਬੋਹਰ ਤੋਂ ਸਾਹਮਣੇ ਆਇਆ, ਜਿੱਥੇ ਸ਼ਰੇਆਮ ਚਾਰ ਮਹਿਲਾਵਾਂ ਸੀ ਸੀ ਟੀ ਵੀ ਦੇ ਵਿੱਚ ਸਾੜੀ ਚੋਰੀ ਕਰਦੀਆਂ ਨਜ਼ਰ ਆ ਰਹੀਆਂ ਨੇ ਅਤੇ ਇਹ ਸ਼ੋਲ ਓੜ ਕੇ ਆਈਆਂ ਸੀ ਅਤੇ ਉਸੀ ਸ਼ੋਲ ਦੇ ਵਿੱਚ ਸਾੜੀਆਂ ਲੁਕੋ ਕੇ ਲੈ ਜਾਂਦੀਆਂ ਨੇ। ਸਿਰਫ ਇੰਨੇ ਨਾਲ ਇਹਨਾਂ ਦਾ ਮਨ ਨਹੀਂ ਭਰਦਾ, ਸਗੋਂ ਇਹ ਥੋੜ੍ਹੇ ਸਮੇਂ ਬਾਅਦ ਫਿਰ ਤੋਂ ਉਸੇ ਦੁਕਾਨ ਦੇ ਵਿੱਚ ਆਉਂਦੀਆਂ ਨੇ, ਪਰ ਫਿਰ ਤੋਂ ਇਹ ਕੋਈ ਵੀ ਸਾੜੀ ਖਰੀਦੇ ਬਿਨਾਂ ਉੱਥੋਂ ਚਲੀਆਂ ਜਾਂਦੀਆਂ ਨੇ ਤਾਂ ਦੁਕਾਨਦਾਰ ਨੂੰ ਥੋੜ੍ਹਾ ਸ਼ੱਕ ਹੁੰਦਾ ਅਤੇ ਜਦੋਂ ਸੀ ਸੀ ਟੀ ਵੀ ਵੀਡੀਓ ਦੇਖਦਾ ਤਾਂ ਉਸਦੇ ਹੋਸ਼ ਉੱਡ ਜਾਂਦੇ ਨੇ। ਜਿਸ ਤੋਂ ਬਾਅਦ ਉਹ ਨਾਲ ਦੇ ਦੁਕਾਨਦਾਰ ਨੂੰ ਲੈ ਕੇ ਜਾਂਦਾ ਹੈ ਤਾਂ ਰਸਤੇ ਦੇ ਵਿੱਚ ਇਹਨਾਂ ਮਹਿਲਾਵਾਂ ਨੂੰ ਰੋਕਿਆ ਜਾਂਦਾ ਹੈ ਅਤੇ ਜਦ ਇਹਨਾਂ ਨੂੰ ਅਤੇ ਜਦੋਂ ਇਹਨਾਂ ਤੋਂ ਚੋਰੀ ਬਾਰੇ ਪੁੱਛਿਆ ਜਾਂਦਾ ਹੈ ਤਾਂ ਇਸ ਗੱਲ ਤੋਂ ਇਨਕਾਰ ਕਰ ਦਿੰਦੀਆਂ ਨੇ। ਜਿਸ ਤੋਂ ਬਾਅਦ ਦੁਕਾਨਦਾਰ ਇਸ ਸੰਬੰਧੀ ਸੂਚਨਾ ਪੁਲਿਸ ਨੂੰ ਦਿੰਦਾ ਹੈ ਅਤੇ ਪੁਲਿਸ ਇਹਨਾਂ ਚਾਰ ਮਹਿਲਾਵਾਂ ਨੂੰ ਆਪਣੇ ਨਾਲ ਲੈ ਜਾਂਦੀ ਹੈ। ਮੈਂ ਬੈਂਕ 'ਚ ਜਾਣਾ ਸੀ, ਅੱਜ ਆਪਣਾ ਸਟਾਫ ਆਇਆ ਨਹੀਂ ਸੀ ਅਤੇ ਮੈਂ ਸਾਹਮਣੇ ਬਾਈ ਸਾਹਿਬ ਨੂੰ ਕਹਿ ਕੇ ਗਿਆ ਵੀ ਦੁਕਾਨ ਰੱਖੋ, ਕੋਈ ਕਸਟਮਰ ਆਵੇ ਤਾਂ ਕਹਿ ਦਿਓ ਵੀ ਦੋ ਮਿੰਟ ਲੱਗੇ। ਅਤੇ ਜਦੋਂ ਮੈਂ ਆਇਆ ਅਤੇ ਚਾਰ ਲੇਡੀਜ਼ ਸ਼ੋਲ ਲੈ ਕੇ, ਅਤੇ ਅੱਜ ਕੱਲ੍ਹ ਸਰਦੀ ਪੈ ਰਹੀ ਹੈ, ਸ਼ੋਲ ਦਾ ਸਹਾਰਾ ਇਹਨਾਂ ਨੂੰ ਕਾਫੀ ਹੁੰਦਾ, ਅਤੇ ਉਹਨਾਂ ਨੇ ਸ਼ੋਲ ਦੇ ਆਸਰੇ 7-8 ਸੂਟ ਚੋਰੀ ਕਰ ਲਏ। ਅਤੇ ਜਦੋਂ ਮੈਂ ਆਇਆ ਬਾਅਦ 'ਚ ਉਹੀ ਓ ਲੇਡੀਜ਼ ਫਿਰ ਦੁਬਾਰਾ ਆਈਆਂ ਵੀ ਠੀਕ ਹੈ, ਇੱਥੇ ਲੱਗਦਾ ਵੀ ਦੁਬਾਰਾ ਆਪਾਂ ਫਿਰ ਸਾਫ਼ ਕਰ ਲਈਏ। ਅਤੇ ਜਦੋਂ ਦੁਬਾਰਾ ਆਏ ਅਤੇ ਉਸੇ ਢੇਰ 'ਤੇ ਜਾ ਕੇ ਇਹਨਾਂ ਨੇ ਜਿੱਥੋਂ ਪਹਿਲਾਂ ਸੂਟ ਚੱਕੇ ਸੀ ਦੋ ਸੂਟ ਫਿਰ ਆਪਦੇ ਕੋਲ ਸਰਕਾ ਲਏ। ਮੈਨੂੰ ਦੁਕਾਨਦਾਰੀ ਕਰਦੇ ਹੋ 17 ਸਾਲ ਹੋ ਗਏ, ਮੈਂ ਉਸੇ ਫੇਸ ਤੋਂ ਇਹਨਾਂ ਮੈਨੂੰ ਪਤਾ ਲੱਗ ਗਿਆ ਵੀ ਇਹਨਾਂ ਨੇ ਇਹ ਕੰਮ ਕਰਨਾ ਹੈਗਾ। ਅਤੇ ਉਸ ਤੋਂ ਬਾਅਦ ਮੈਂ ਜਦੋਂ ਕੈਮਰਾ ਮੇਰਾ ਚੈੱਕ ਕੀਤਾ ਇਹਨਾਂ ਦੇ ਬਾਹਰ ਨਿਕਲਦੇ ਤਾਂ ਨਾਲ ਦੀ ਨਾਲ ਮੈਨੂੰ ਕੈਮਰੇ 'ਚ ਪਤਾ ਲੱਗ ਗਿਆ ਵੀ ਮੇਰੇ ਸੂਟ ਚੋਰੀ ਹੋ ਚੁੱਕੇ ਨੇ। ਬਾਅਦ 'ਚ ਮੈਂ ਇਹਨਾਂ ਨੂੰ ਬੱਸ ਸਟੈਂਡ 'ਚ ਜਾ ਕੇ ਚੈੱਕ ਕੀਤਾ, 11 ਨੰਬਰ ਗਲੀ, 9 ਨੰਬਰ, 10 ਨੰਬਰ ਗਲੀ, ਹਾਲੇ ਤੱਕ ਮੰਨੇ ਨਹੀਂ ਹੈਗੇ। ਅਭੀ ਬਾਜ਼ਾਰ ਮੈਂ ਆਈ ਔਰ ਅਭੀ ਆ ਰਹੀ ਤੋ ਪਤਾ ਯਹਾਂ ਇਕੱਠੀ ਭੀੜ ਥੀ ਤੋ ਮੈਨੇ ਦੇਖਾ ਪਤਾ ਕਿਆ ਬਾਤ ਹੋ ਗਈ। ਤੋ ਆਈ ਤੋ ਕਹਤੇ ਮੋਨੂ ਕੀ ਦੁਕਾਨ ਸੇ ਨਾ ਸੂਟ ਚੋਰੀ ਹੋ ਗਈ, ਇਹ ਲੇਡੀਜ਼ ਆਈ ਹੋਏ ਤੋ ਫਿਰ ਮੈਂ ਯਹਾਂ ਆ ਗਈ ਤੋ ਪਤਾ ਚਲਾ ਵੀ ਇਹ ਲੇਡੀਜ਼ ਨਾ ਸੂਟ ਚੋਰਾ ਕੇ ਲੈ ਯੇ ਅੰਦਰ ਆ ਕੇ ਯੇ ਸ਼ੋਲ ਮੇ ਛੁਪਾ ਕੇ ਲੈ ਕੇ ਜਾ ਰਹੀ ਹੈ। ਨਹੀਂ ਮਾਨ ਤੋ ਨਹੀਂ ਰਹੀ ਹੈ, ਮਾਨ ਨਹੀਂ ਰਹੀ ਹੈ। ਹਾਂ ਕਹਿ ਰਹੀ ਹੈ ਬਾਲੀਆਂ ਦੇ ਰਹੀ ਹੈ ਸੋਨੇ ਕੀ, ਕਹੀਏ 1000 ਰੁਪਏ ਕੀ ਬਾਲੀਆਂ ਰੱਖ ਲੋ ਯੇ ਵੀ ਇਹ ਚੋਰੀ ਤਾਂ ਕੀ ਪਕੜੀ ਜਾ ਰਹੀ ਹੈ ਜੀ। ਸੂਟ 7-8 ਸੂਟ ਹੈ, ਉਹ 2-3 ਹਜ਼ਾਰ ਕੇ ਸੂਟ ਆਈ ਹੈ। ਚਾਰ ਚੋਰਨੀਆਂ ਨੇ ਸਾੜੀਆਂ ਤੇ ਮਾਰਿਆ ਡਾਕਾ। ਇੱਕ ਵਾਰ ਨਹੀਂ ਦੋ ਵਾਰ ਦੁਕਾਨ ਚੋਂ ਚੋਰੀ ਕੀਤੀਆਂ ਸਾੜੀਆਂ। ਕੈਮਰੇ 'ਚ ਕੈਦ ਹੋਈ ਚੋਰਨੀਆਂ ਦੀ ਸਾਰੀ ਕਰਤੂਤ। ਦੱਸ ਦਈਏ ਕਿ ਚਾਰ ਚੋਰਨੀਆਂ ਵੱਲੋਂ ਇੱਕ ਸਾੜੀ ਦੀ ਦੁਕਾਨ 'ਤੇ ਹੱਥ ਸਾਫ਼ ਕੀਤਾ ਜਾਂਦਾ ਹੈ, ਜਿੱਥੇ ਇਹਨਾਂ ਵੱਲੋਂ ਇੱਕ ਵਾਰ ਨਹੀਂ ਸਗੋਂ ਦੋ ਵਾਰ ਸਾੜੀ ਵਾਲੀ ਦੁਕਾਨ 'ਤੇ ਜਾ ਕੇ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਜਾਂਦਾ ਹੈ, ਜੋ ਕਿ ਸੀ ਸੀ ਟੀ ਵੀ ਕੈਮਰੇ ਦੇ ਵਿੱਚ ਵੀ ਕੈਦ ਹੋ ਜਾਂਦਾ ਹੈ। ਅਤੇ ਜਦ ਦੁਕਾਨਦਾਰ ਨੂੰ ਇਹਨਾਂ 'ਤੇ ਸ਼ੱਕ ਹੁੰਦਾ ਤਾਂ ਉਹ ਸੀ ਸੀ ਟੀ ਵੀ ਵੀਡੀਓ ਦੇ ਵਿੱਚ ਦੇਖਦਾ, ਜਿਸ ਤੋਂ ਬਾਅਦ ਉਹ ਇਹਨਾਂ ਮਹਿਲਾਵਾਂ ਦਾ ਪਿੱਛਾ ਕਰਦਾ ਅਤੇ ਇਹਨਾਂ ਨੂੰ ਇਸ ਦੇ ਬਾਰੇ ਪੁੱਛਦਾ ਹੈ ਤਾਂ ਇਸ ਗੱਲ ਤੋਂ ਇਨਕਾਰ ਕਰ ਦਿੰਦੀਆਂ ਨੇ, ਜਿਸ ਤੋਂ ਬਾਅਦ ਇਹਨਾਂ ਮਹਿਲਾਵਾਂ ਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ ਜਾਂਦਾ ਹੈ। ਦੱਸ ਦਈਏ ਕਿ ਮਾਮਲਾ ਬੋਹਰ ਤੋਂ ਸਾਹਮਣੇ ਆਇਆ, ਜਿੱਥੇ ਸ਼ਰੇਆਮ ਚਾਰ ਮਹਿਲਾਵਾਂ ਸੀ ਸੀ ਟੀ ਵੀ ਦੇ ਵਿੱਚ ਸਾੜੀ ਚੋਰੀ ਕਰਦੀਆਂ ਨਜ਼ਰ ਆ ਰਹੀਆਂ ਨੇ ਅਤੇ ਇਹ ਸ਼ੋਲ ਓੜ ਕੇ ਆਈਆਂ ਸੀ ਅਤੇ ਉਸੀ ਸ਼ੋਲ ਦੇ ਵਿੱਚ ਸਾੜੀਆਂ ਲੁਕੋ ਕੇ ਲੈ ਜਾਂਦੀਆਂ ਨੇ। ਸਿਰਫ ਇੰਨੇ ਨਾਲ ਇਹਨਾਂ ਦਾ ਮਨ ਨਹੀਂ ਭਰਦਾ, ਸਗੋਂ ਇਹ ਥੋੜ੍ਹੇ ਸਮੇਂ ਬਾਅਦ ਫਿਰ ਤੋਂ ਉਸੇ ਦੁਕਾਨ ਦੇ ਵਿੱਚ ਆਉਂਦੀਆਂ ਨੇ,
ਪਰ ਫਿਰ ਤੋਂ ਇਹ ਕੋਈ ਵੀ ਸਾੜੀ ਖਰੀਦੇ ਬਿਨਾਂ ਉੱਥੋਂ ਚਲੀਆਂ ਜਾਂਦੀਆਂ ਨੇ ਤਾਂ ਦੁਕਾਨਦਾਰ ਨੂੰ ਥੋੜ੍ਹਾ ਸ਼ੱਕ ਹੁੰਦਾ ਅਤੇ ਜਦੋਂ CCTV ਵੀਡੀਓ ਦੇਖਦਾ ਤਾਂ ਉਸਦੇ ਹੋਸ਼ ਉੱਡ ਜਾਂਦੇ ਨੇ। ਜਿਸ ਤੋਂ ਬਾਅਦ ਉਹ ਨਾਲ ਦੇ ਦੁਕਾਨਦਾਰ ਨੂੰ ਲੈ ਕੇ ਜਾਂਦਾ ਤਾਂ ਰਸਤੇ ਦੇ ਵਿੱਚ ਇਹਨਾਂ ਮਹਿਲਾਵਾਂ ਨੂੰ ਰੋਕਿਆ ਜਾਂਦਾ ਅਤੇ ਜਦੋਂ ਇਹਨਾਂ ਤੋਂ ਚੋਰੀ ਬਾਰੇ ਪੁੱਛਿਆ ਜਾਂਦਾ ਤਾਂ ਇਸ ਗੱਲ ਤੋਂ ਇਨਕਾਰ ਕਰ ਦਿੰਦੀਆਂ ਨੇ। ਜਿਸ ਤੋਂ ਬਾਅਦ ਦੁਕਾਨਦਾਰ ਇਸ ਸੰਬੰਧੀ ਸੂਚਨਾ ਪੁਲਿਸ ਨੂੰ ਦਿੰਦਾ ਅਤੇ ਪੁਲਿਸ ਇਹਨਾਂ 4 ਮਹਿਲਾਵਾਂ ਨੂੰ ਆਪਣੇ ਨਾਲ ਲੈ ਜਾਂਦੀ ਹੈ। ਮੈਂ ਬੈਂਕ 'ਚ ਜਾਣਾ ਸੀ, ਅੱਜ ਆਪਣਾ ਸਟਾਫ ਆਇਆ ਨਹੀਂ ਸੀ ਅਤੇ ਮੈਂ ਸਾਹਮਣੇ ਬਾਈ ਸਾਹਿਬ ਨੂੰ ਕਹਿ ਕੇ ਗਿਆ ਵੀ ਦੁਕਾਨ ਰੱਖੋ, ਕੋਈ ਕਸਟਮਰ ਆਵੇ ਤਾਂ ਕਹਿ ਦਿਓ ਵੀ 2 ਮਿੰਟ ਲੱਗੇ। ਅਤੇ ਜਦੋਂ ਮੈਂ ਆਇਆ ਅਤੇ 4 ਲੇਡੀਜ਼ ਸ਼ੋਲ ਲੈ ਕੇ, ਅਤੇ ਅੱਜ ਕੱਲ੍ਹ ਸਰਦੀ ਪੈ ਰਹੀ ਹੈ, ਸ਼ੋਲ ਦਾ ਸਹਾਰਾ ਇਹਨਾਂ ਨੂੰ ਕਾਫੀ ਹੁੰਦਾ, ਅਤੇ ਉਹਨਾਂ ਨੇ ਸ਼ੋਲ ਦੇ ਆਸਰੇ 7-8 ਸੂਟ ਚੋਰੀ ਕਰ ਲਏ। ਅਤੇ ਜਦੋਂ ਮੈਂ ਆਇਆ ਬਾਅਦ 'ਚ ਉਹੀਓ ਲੇਡੀਜ਼ ਫਿਰ ਦੁਬਾਰਾ ਆਈਆਂ ਵੀ ਠੀਕ ਹੈ, ਇੱਥੇ ਲੱਗਦਾ ਵੀ ਦੁਬਾਰਾ ਪੱਥ ਫਿਰ ਸਾਫ਼ ਕਰ ਲਈਏ। ਅਤੇ ਜਦੋਂ ਦੁਬਾਰਾ ਆਏ ਤਾਂ ਉਸੇ ਢੇਰ 'ਤੇ ਜਾ ਕੇ ਇਹਨਾਂ ਨੇ ਜਿੱਥੋਂ ਪਹਿਲਾਂ ਸੂਟ ਚੱਕੇ ਸੀ 2 ਸੂਟ ਫਿਰ ਆਪਦੇ ਕੋਲ ਸਰਕਾ ਲਏ। ਮੈਨੂੰ ਦੁਕਾਨਦਾਰੀ ਕਰਦੇ ਹੋ 17 ਸਾਲ ਹੋ ਗਏ, ਮੈਂ ਉਸੇ ਫੇਸ ਤੋਂ ਇਹਨਾਂ ਮੈਨੂੰ ਪਤਾ ਲੱਗ ਗਿਆ ਵੀ ਇਹਨਾਂ ਨੇ ਇਹ ਕੰਮ ਕਰਨਾ ਹੈਗਾ। ਅਤੇ ਉਸ ਤੋਂ ਬਾਅਦ ਮੈਂ ਜਦੋਂ ਕੈਮਰਾ ਮੇਰਾ ਚੈੱਕ ਕੀਤਾ ਇਹਨਾਂ ਦੇ ਬਾਹਰ ਨਿਕਲਦੇ, ਤਾਂ ਨਾਲ ਦੀ ਨਾਲ ਮੈਨੂੰ ਕੈਮਰੇ 'ਚ ਪਤਾ ਲੱਗ ਗਿਆ ਵੀ ਮੇਰੇ ਸੂਟ ਚੋਰੀ ਹੋ ਚੁੱਕੇ ਨੇ। ਬਾਅਦ 'ਚ ਮੈਂ ਇਹਨਾਂ ਨੂੰ ਬੱਸ ਸਟੈਂਡ 'ਚ ਜਾ ਕੇ ਚੈੱਕ ਕੀਤਾ, 11 ਨੰਬਰ ਗਲੀ, 9 ਨੰਬਰ, 10 ਨੰਬਰ ਗਲੀ, ਹਾਲੇ ਤੱਕ ਮੰਨੇ ਨਹੀਂ ਹੈਗੇ। ਮੈਂ ਅਭੀ ਬਾਜ਼ਾਰ ਮੇ ਆਈ ਔਰ ਅਭੀ ਆ ਰਹੀ ਤੋ ਪਤਾ ਯਹਾਂ ਇਕੱਠੀ ਭੀੜ ਥੀ ਤੋ ਮੈਨੇ ਦੇਖਾ ਪਤਾ ਕੀ ਬਾਤ ਹੋ ਗਈ। ਉਹ ਆਈ ਤੋ ਕਹਤੇ ਮੋਨੂ ਕੀ ਦੁਕਾਨ ਸੇ ਨਾ ਸੂਟ ਚੋਰੀ ਹੋ ਗਈ, ਇਹ ਲੇਡੀਜ਼ ਆਈ ਹੋਏ, ਤੋ ਫਿਰ ਮੈਂ ਯਹਾਂ ਆ ਗਈ ਤੋ ਪਤਾ ਚਲਾ ਵੀ ਇਹ ਲੇਡੀਜ਼ ਨਾ ਸੂਟ ਚੋਰਾ ਕੇ ਲੈ ਯੇ ਅੰਦਰ ਆ ਕੇ ਯੇ ਸ਼ੋਲ ਮੇ ਛੁਪਾ ਕੇ ਲੈ ਕੇ ਜਾ ਰਹੀ ਹੈ। ਨਹੀਂ ਮਾਨ ਤੋ ਨਹੀਂ ਰਹੀ ਹੈ, ਮਾਨ ਨਹੀਂ ਰਹੀ ਹੈ। ਹਾਂ ਕਹਿ ਰਹੀ ਹੈ ਬਾਲੀਆਂ ਦੇ ਰਹੀ ਹੈ ਸੋਨੇ ਕੀ, ਕਹੀਏ 1000 ਰੁਪਏ ਕੀ ਬਾਲੀਆਂ ਰੱਖ ਲੋ, ਯੇ ਵੀ ਇਹ ਚੋਰੀ ਤਾਂ ਨਹੀਂ ਕੀ ਪਕੜੀ ਜਾ ਰਹੀ ਹੈ। ਸੂਟ 7-8 ਸੂਟ ਹੈ, ਉਹ 2-3 ਹਜ਼ਾਰ ਕੇ ਸੂਟ ਆਈ ਹੈ।